ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਵੱਖ ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਦਾ ਦੌਰ ਜਾਰੀ ਹੈ। ਉੱਥੇ ਹੀ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਨੁੱਕਰ ਮੀਟਿੰਗ ਰੱਖੀ ਗਈ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵਰਕਰ ਤੇ ਆਮ ਜਨਤਾ ਮੌਜੂਦ ਰਹੀ। ਆਪਣੇ ਸੰਬੋਧਨ ਦੇ ਵਿੱਚ ਓ ਪੀ ਸੋਨੀ ਨੇ ਕਿਹਾ ਕਿ ਇਸ ਵਾਰ ਜਨਤਾ ਸੁਚੇਤ ਹੋ ਗਈ ਹੈ ਤੇ ਲੋਕ ਕਾਂਗਰਸ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣਗੇ। ਤੁਸੀਂ ਪੈਨਸ਼ਨਾਂ ਦੀ ਸਾਂਝ ਸਕੀਮਾਂ ਦੀ ਗੱਲ ਕਰ ਲਓ, ਮੈਂ ਸਮਝਦਾ ਇਹਨਾਂ ਨੇ ਹਾਰ ਕੇ ਜੋ ਕੁਝ ਪਹਿਲਾਂ ਹੋ ਰਿਹਾ ਸੀ ਅੱਜ ਕਿਸੇ ਨੂੰ ਕੁਝ ਲੱਭਦਾ ਨਹੀਂ। ਸਭ ਤੋਂ ਵੱਡੀ ਗੱਲ ਇਹ ਪੁੱਜੀ ਹੈ, ਜੇ ਵਪਾਰੀ ਨੇ ਆਪਣਾ ਕੰਮ ਕਰਨਾ, ਚੰਗੇ ਸ਼ਹਿਰੀਆਂ ਨੇ ਆਪਣਾ ਕੰਮ ਕਰਨਾ, ਲਾਡ ਆਲੇ ਦੀ ਪਟੀਸ਼ਨ ਠੀਕ ਹੋਣੀ ਚਾਹੀਦੀ ਹੈ। ਅੱਜ ਤੁਸੀਂ ਵੇਖ ਲਓ ਕਾਨੂੰਨ ਕਿਵੇਂ ਲਾਡ ਆਲੇ ਹੈ, ਅੱਜ ਦਿਨ ਦਿਹਾੜੇ ਬੋਲਣਾ ਚਾਹੀਦੀਆਂ ਨੇ, ਮਰਡਰ ਹੁੰਦੇ ਨੇ, ਆਹ ਸਾਡੀਆਂ ਭੈਣਾਂ ਦੇ ਪਰਸ ਖੋਲ ਜਾਂਦੇ ਨੇ, ਇਹਨਾਂ ਦੇ ਕੰਨਾਂ 'ਚ ਵਾਲੀਆਂ ਖੋਲ ਜਾਂਦੀਆਂ ਨੇ। ਤੁਹਾਨੂੰ ਸਮਝਣਾ ਜੇ ਲਾਡ ਆਲੇ ਨਹੀਂ ਠੀਕ ਨੇ ਫਿਰ ਕੀ ਹੋਏਗਾ ਪੰਜਾਬ ਦਾ। ਤੇ ਗੱਲਾਂ ਦੇ ਬਹੁਤ ਕਰਦੇ ਨੇ, ਗੱਲਾਂ ਕਰਨੀਆਂ ਸੌਖੀਆਂ ਨੇ, ਵਾਅਦੇ ਨਿਭਾਉਣੇ ਜਿਹੜੇ ਨੇ ਬੜੇ ਔਖੇ ਨੇ। ਜਾਂ ਬੀ ਜੇ ਪੀ ਦੀ ਗੱਲ ਕਰ ਲਓ, ਖੰਨਾ ਜੀ ਕਰ ਰਹੇ ਸੀ, ਕੀ ਕੀਤਾ ਇਹਨਾਂ ਨੇ ਹਿੰਦੁਸਤਾਨ 'ਚ, ਕੋਈ ਗੱਲ ਕਰਦੇ ਨੇ, ਕੋਈ ਇਹਨਾਂ ਦਾ ਮੈਨੀਫੈਸਟੋ ਦੇਖ ਲਓ, ਨਾ ਤਾਂ ਬੇਰੁਜ਼ਗਾਰੀ ਦੀ ਗੱਲ ਕਰਦੇ ਨੇ, ਨਾ ਮਹਿੰਗਾਈ ਦੀ ਗੱਲ ਕਰਦੇ ਨੇ। ਇਹ ਗੱਲਾਂ ਵੀ ਇਹਨਾਂ ਨੂੰ ਆਉਂਦੀਆਂ ਕਿ ਅਸੀਂ ਕੀ ਕੀਤਾ ਹਿੰਦੁਸਤਾਨ ਲਈ। ਅੱਜ ਨੌਜਵਾਨ ਵਿਹਲਾ ਫਿਰ ਰਿਹਾ, ਨੌਕਰੀ ਨਹੀਂ ਲੱਭਦੀ, ਅੱਜ ਮਹਿੰਗਾਈ ਇੰਨੀ ਹੈ, ਖੰਨਾ ਜੀ ਨੇ ਦੱਸਤਾ, ਅੱਜ ਲੋਕ ਜਿਹੜੇ ਨੇ ਉਹ ਗੁਜ਼ਾਰਾ ਕਰਨਾ ਉਹਨਾਂ ਦਾ ਬੜਾ ਔਖਾ। ਸੋ ਕਿਵੇਂ ਕਿਹਦੀ ਗੱਲ ਕਰੀਏ, ਵੋਟਾਂ ਤੋਂ ਲੈ ਜਾਂਦੇ ਨੇ, ਮੋਰੋ ਵਾਅਦਾ ਦਿੱਤਾ ਉਹ ਦੇਸ਼ ਕਰਦੇ, ਲੋਕਾਂ ਨੂੰ ਗੁਮਰਾਹ ਕਰਦੇ ਨੇ। ਸੋ ਭਰਾਓ ਪੂਰਾ ਕਦੇ ਗੁਮਰਾਹ ਹੋ ਜਾਂਦਾ, ਦੂਜੀਆਂ ਲੋਕਾਂ ਨੂੰ ਮੈਂ ਸਮਝਦਾ ਗੁਮਰਾਹ ਕਰਨਾ ਬੜਾ ਔਖਾ। ਸੋ ਤੁਸੀਂ ਸਿਆਣੇ ਹੋ, ਤੁਸੀਂ ਫੈਸਲਾ ਕਰਨਾ ਕਿਹੜੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਉਣਾ, ਕਿਹੜੇ ਕੈਂਡੀਡੇਟ ਨੂੰ ਜਿਤਾ ਕੇ ਭੇਜਣਾ, ਉਹ ਫੈਸਲਾ ਤੁਹਾਡੇ ਹੱਥ 'ਚ ਹੈ। ਜਿਹੜੇ ਦੱਸ ਰਹੇ ਨੇ, ਮੈਂ ਤੇ ਆਪਣੇ ਕੰਮ ਗਣਾਉਂਦਾ ਨਹੀਂ ਕਰੀ, ਕਿਉਂਕਿ ਕੰਮ ਉਹ ਹੀ ਹੁੰਦੇ ਜਿਹੜੇ ਲੋਕ ਕਹਿਣ। ਆ ਗੱਲ ਕਰ ਰਿਹਾ ਹਸਪਤਾਲ ਦੀ, ਆ ਕਰੋਨਾ ਆਇਆ ਸੀ ਨਾ 2-2.5 ਸਾਲ, ਤੁਹਾਨੂੰ ਪਤਾ ਹੀ ਹੈ, ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ। ਕਰੋਨਾ ਆਇਆ ਸੀ ਨਾ, ਹਰ ਗਰੀਬ ਨੂੰ ਘਰ ਰਾਸ਼ਨ ਮਿਲਦਾ ਸੀ, ਉਦੋਂ ਤੋਂ ਲੋਕਡਾਊਨ ਸੀ, ਕਰਫਿਊ ਸੀ, ਦੁਕਾਨਾਂ ਬੰਦ ਹੁੰਦੀਆਂ ਸੀ, ਲੇਬਰ ਵਾਲਿਆਂ ਨੂੰ ਕੰਮ ਨਹੀਂ ਸੀ ਲੱਭਦਾ, ਲੋਕਾਂ ਨੂੰ ਰਾਸ਼ਨ ਨਹੀਂ ਸੀ ਲੱਭਦਾ। ਪਰ ਤੁਸੀਂ ਬਾਹਰ ਖੜੀ ਕਰਕੇ ਦੱਸੋ ਜਿਹਨੂੰ ਰਾਸ਼ਨ ਨਹੀਂ ਆਇਆ ਹੋਵੇਗਾ, ਹਰ ਜਿਹਨੂੰ ਰਾਸ਼ਨ ਭੇਜਿਆ ਗੰਨਾ ਸੀ ਇਸ ਵਾਰ, ਇਹ ਚਾਰਨ ਸਨ, ਇਹਨਾਂ ਨੂੰ ਦੂਜੇ ਤੀਜੇ ਦਿਨ ਗੱਡੀ ਇੱਥੇ ਆਉਂਦੀ ਸੀ ਤੁਹਾਡੇ ਰਾਸ਼ਨ ਦੀ, ਤੇ ਸਾਰਿਆਂ ਦਾ ਧੜਾ ਨਹੀਂ ਜਾਂਦਾ ਸੀ। ਸੋ ਜੇ ਕੋਈ ਕਰੋਨਾ ਪੇਸ਼ੈਂਟ ਕਰੋਨਾ ਨਾਲ ਪੇਸ਼ੈਂਟ ਹੋ ਜਾਂਦਾ ਸੀ, ਕਰੋਨਾ ਦਾ ਉਹਦਾ ਇਲਾਜ, ਉਹਦੇ ਟੈਸਟ ਇੱਥੇ ਤੁਹਾਡੇ ਢਾਬ ਟੀਕਾ ਵਾਲੇ ਹੋਸਪਿਟਲ ਜਿਹੜਾ ਮੈਂ ਚਾਲੂ ਕਰਵਾਇਆ ਸੀ, ਉੱਥੇ ਸਾਰਾ ਇਲਾਜ ਹੁੰਦਾ ਸੀ, ਉਹਦੇ ਟੈਸਟ ਹੁੰਦੇ ਸੀ। ਅੱਜ ਕਿੱਥੇ ਆ ਹਸਪਤਾਲ, 20 ਡਾਕਟਰ, ਖੰਨਾ ਜੀ ਤੁਹਾਨੂੰ ਪਤਾ 20 ਡਾਕਟਰ ਜਿਹੜੇ ਨੇ ਉਹ ਇੱਥੇ
ਸੀਨੀਅਰ ਡਾਕਟਰ, ਕੋਈ ਹੇਠਲੇ ਲੈਵਲ ਦਾ ਡਾਕਟਰ, 20 ਡਾਕਟਰ ਹਸਪੀਟਲ ਤੇ ਬੈਠਦੇ ਸਨ, ਲੋਕਾਂ ਦੀ ਸੇਵਾ ਕਰਦੇ ਸੀ। ਮੈਂ ਵੀ ਉੱਥੇ ਆਉਂਦਾ ਸੀ, ਚਾਲੂ ਗ੍ਰਾਮ ਹਸਪਤਾਲ, ਦਵਾਈਆਂ ਸਾਰੇ ਨੂੰ ਫ੍ਰੀ ਮਿਲਦੀਆਂ ਸੀ, ਸਾਰੇ ਟੈਸਟ ਫ੍ਰੀ ਹੁੰਦੇ ਸੀ। ਅੱਜ ਕਿੱਥੇ ਆ ਹਸਪਤਾਲ, ਕਿੱਥੇ ਨੇ ਉਹ ਡਾਕਟਰ? ਬਿਲਡਿੰਗ ਤਾਂ ਹੈਗੀ ਆ, ਨਾ ਉੱਥੇ ਕੋਈ ਡਾਕਟਰ ਲੱਭਦਾ, ਨਾ ਦਵਾਈ ਲੱਭਦੀ। ਫਿਰ ਇਹ ਕੁਝ ਇਹਨਾਂ ਨੇ ਦੇਣਾ ਸੀ, ਇਹ ਕਰਨਾ ਸੀ, ਲੋਕਾਂ ਨਾਲ ਝੂਠ ਬੋਲ ਕੇ ਵੋਟਾਂ ਲੈ ਗਏ। ਤੇ ਹੁਣ ਇਹਨਾਂ ਦੇ ਝਾਸੇ 'ਚ ਨਹੀਂ ਆਉਣਾ, ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣੀ। ਸੋ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ 1 ਤਰੀਕ ਵਾਲੇ ਦਿਨ ਵੋਟਾਂ ਕਰਨੀਆਂ। 1 ਤਰੀਕ ਵਾਲੇ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਦੋਂ ਤੁਸੀਂ ਤਗੜੇ, ਸਾਡੀਆਂ ਭੈਣਾਂ ਤਗੜੀਆਂ ਬੈਠੀਆਂ ਨੇ ਇੱਥੇ, ਇਹਨਾਂ ਦੇ ਘਰ ਘਰ ਜਾਣਾ। ਸੋ ਸਾਰਿਆਂ ਨੂੰ ਕਹਿਣਾ ਆਪਣੇ ਨਾਲ, ਤੁਸੀਂ ਸ਼ੋਭਾ ਜੀ ਅੱਕੇ ਤੋਂ ਵੋਟ 'ਤੇ, ਤੁਸੀਂ ਆ ਪ੍ਰਧਾਨ ਸਾਡੇ ਦੂਜੇ ਵੀ ਬੈਠੀ ਹੈ, ਸ਼ੁਕਲਾ ਜੀ ਬੈਠੀ ਹੈ, ਤੁਰਈਆ ਜੀ ਬੈਠੇ ਹੈ, ਸਾਰੀਆਂ ਪ੍ਰਧਾਨਾਂ ਮੈਂ ਨਾਲ ਲੈ ਲੈ ਕੇ ਉਹਦੇ ਫਿਰ ਗੁੱਸਾ ਕਰਨੀ ਹੈ। ਸੋ ਤੁਸੀਂ ਸਾਰੇ ਤਗੜੇ ਹੋ, ਤਗੜੇ ਹੋ ਗਏ ਤੁਸੀਂ ਸਾਰੇ, ਕਾਂਗਰਸ ਪਾਰਟੀ ਵੋਟਾਂ ਪਾਉਣੀਆਂ। ਮੈਨੂੰ ਪਤਾ ਤੁਸੀਂ ਸਾਰੇ 200-300 ਵੋਟ ਤੇ 400-300 ਵੋਟ ਤੇ ਭਾਰੀ, ਤੁਸੀਂ ਕੰਟਰੋਲ ਕਰਦੇ ਹੋ। ਮਹਾਜਨ ਸਾਡਾ ਨਾਲ ਲਾ ਰਿਹਾ, ਖੰਨਾ ਲਾ ਰਿਹਾ। ਸੋ ਮੈਂ ਸਮਝਦਾ ਤੁਸੀਂ ਸਾਰੇ ਤਗੜੇ ਹੋ, ਸੋ ਤਗੜੇ ਹੋ ਗਏ ਤੁਸੀਂ ਕਾਂਗਰਸ ਪਾਰਟੀ ਨੂੰ ਜਿਤਾਉਣਾ। ਮੈਨੂੰ ਤੁਹਾਡੇ ਨਾਲ ਆਸ਼ੂ ਹੈ ਸਾਰਿਆਂ 'ਚ, ਤੁਸੀਂ ਆਪਣੇ ਕੈਂਡੀਡੇਟ ਨੂੰ ਜਿਤਾ ਕੇ ਭੇਜਣੇ ਆ। ਅਸੀਂ ਰਾਹੁਲ ਗਾਂਧੀ ਜੀ ਦੇ, ਖੜਗੇ ਸਾਹਿਬ ਜੀ ਦੇ, ਸੋਨੀਆ ਗਾਂਧੀ ਜੀ ਦੇ ਹੱਥ ਮਜ਼ਬੂਤ ਕਰਨੇ ਆ। ਆ ਗੱਲਾਂ ਕਰਦੇ ਆ 400 ਤੋਂ ਪਾਰ, ਖੰਨਾ ਜੀ ਤੁਸੀਂ ਬੈਠੇ ਹੋ, ਆ ਸਾਡੇ ਖੰਨਾ ਜੀ ਸਾਹਮਣੇ ਵੀ ਬੈਠੇ ਨੇ, ਇੰਦਰ ਖੰਨਾ ਜੀ, ਇਹ ਬੜੇ ਪੁਰਾਣੇ ਸੇਵਾ ਦੇ ਚੀਫ ਵੀ ਰਹੇ ਨੇ। ਖੰਨਾ ਜੀ ਇਹ ਗੱਲਾਂ ਕਰਦੇ ਨੇ 400 ਪਾਰ ਦੀਆਂ, ਤੇ ਉਹਨਾਂ ਲੋਕਾਂ ਦੀ ਡਿਰੈਕਟਰ ਦੇ ਉੱਤੇ ਨਹੀਂ ਚੱਪਲਾ, ਸਾਡਾ ਲੀਡਰ ਰਾਹੁਲ ਗਾਂਧੀ ਜੀ ਕੋਲ ਦਾ ਕਰਦੇ ਹਾਂ, ਇਹ ਦੇਸ਼ ਦੇ ਉੱਪਰ ਨਹੀਂ ਚੱਪਣਗੇ, ਸੋ ਫਿਕਰ ਨਾ ਕਰੋ। ਦੂਜੇ ਪਾਸੇ ਗੁਰਜੀਤ ਸਿੰਘ ਔਜਲਾ ਵੱਲੋਂ ਕਿਹਾ ਗਿਆ ਹੈ ਕਿ ਦੇਸ਼ ਨੂੰ ਚਲਾਉਣ ਦੇ ਲਈ ਉਹ ਸਰਕਾਰ ਚਾਹੀਦੀ ਹੈ ਜੋ ਲੋਕ ਭਲਾਈ ਦਾ ਕੰਮ ਕਰੇ। ਵੋਟਾਂ ਪਾ ਕੇ ਪਾਰਲੀਮੈਂਟ 'ਚ ਭੇਜਣਾ, ਤਾਂ ਕਿ ਸਾਡੇ ਲੀਡਰ ਰਾਹੁਲ ਗਾਂਧੀ ਜੀ ਕੰਨਾਂ ਦੇ ਮਾਣਾ 'ਚ ਬੇਨਤੀ ਕਰੂੰਗਾ, ਔਜਲਾ ਸਾਹਿਬ ਆਓ, ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਸ਼੍ਰੀ ਗੁਰਜੀਤ ਸਿੰਘ ਜੀ ਔਜਲਾ, ਘਰ ਘਰ ਦੇ ਵਿੱਚ ਵਿਕਾਸ ਦੇ, ਜਿਹੜਾ ਲੋਕ ਵਿਕਾਸ ਕੀਤਾ ਹੈ ਉਹਦੀ ਚਰਚਾ ਹੁੰਦੀ ਹੈ, ਅੱਜ ਦਾ ਨਹੀਂ ਲੰਬਾ ਸਮਾਂ ਲੱਗਾ, ਮੇਅਰ ਤੋਂ ਲੈ ਕੇ MLA ਦੀ ਸੇਵਾ ਕਰਦਾ ਰਹੇ, ਹਾਊਸ ਸਾਂ ਮੈਂ ਕੌਂਸਲਰ ਸਾਂ, ਔਰ ਵਿਕਾਸ ਸੋਨੀ ਜੀ ਔਰ ਸਮੁੱਚੀ ਟੀਮ ਜਿਹੜੀ ਖੜੀ ਹੈ। ਪਿਆਰੇ ਸਾਥੀਓ, ਮੇਰੇ ਕੋਲ ਹੋਰ ਕਹਿਣ ਲਈ ਤਾਂ ਕੁਝ ਨਹੀਂ, ਸੋਨੀ ਸਾਹਿਬ ਨੇ ਸਾਰੀ ਗੱਲ ਤੇ ਦੱਸੀ ਦਿੱਤੀ ਹੈ, ਪਰ ਫਿਰ ਵੀ ਆਪਾਂ ਹੁਣ ਚੋਣ ਕਰਨੀ ਹੈ, ਦੇਸ਼ ਦੇ ਵਿੱਚ ਕਿਹੜੀ ਸਰਕਾਰ ਚਾਹੀਦੀ ਹੈ, ਦੇਸ਼ ਦੇ ਵਿੱਚ ਉਹ ਸਰਕਾਰ ਚਾਹੀਦੀ ਹੈ ਜਿਹੜੀ ਲੋਕ ਭਲਾਈ ਦੇ ਕੰਮ ਕਰੇ, ਜਿਹੜੀ ਸਾਰਿਆਂ ਨੂੰ ਇਕੱਠਿਆਂ ਰੱਖੇ। ਸਾਡਾ ਸ਼ਹਿਰ ਜਿੱਥੇ ਪਵਿੱਤਰ ਹਰਿਮੰਦਰ ਸਾਹਿਬ, ਜਿੱਥੇ ਪਵਿੱਤਰ ਦੁਰਗਿਆਣਾ ਤੀਰਥ, ਜਿੱਥੇ ਪਵਿੱਤਰ ਪੁਰਾਣ ਵਾਲਮੀਕ ਤੀਰਥ, ਅਸੀਂ ਸਾਰੇ ਆਪਸ ਦੇ ਵਿੱਚ ਸਾਡੀਆਂ ਬੜੀਆਂ ਡੂੰਘੀਆਂ ਸਾਂਝਾਂ ਨੇ। ਸੋ ਲਗਾਤਾਰ ਕਾਂਗਰਸ ਪਾਰਟੀ ਵੱਲੋਂ
ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਚੋਣ ਪ੍ਰਚਾਰ ਦੀ ਤਾਂ ਹਰ ਇੱਕ ਪਾਰਟੀ ਆਪਣੇ ਪੂਰੇ ਜੋਸ਼ ਦੇ ਨਾਲ ਮੀਟਿੰਗਾਂ ਕਰ ਰਹੀ ਹੈ, ਚੋਣ ਪ੍ਰਚਾਰ ਕਰ ਰਹੀ ਹੈ। ਉੱਥੇ ਹੀ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਅੰਮ੍ਰਿਤਸਰ ਤੋਂ ਐਲਾਨੇ ਗਏ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਓਪੀ ਸੋਨੀ ਵੀ ਡਟੇ ਹੋਏ ਨੇ। ਅੰਮ੍ਰਿਤਸਰ ਤੋਂ ਮਮਤਾ ਦੀ ਰਿਪੋਰਟ, ਅੰਮ੍ਰਿਤਸਰ ਕੇਸਰੀ।